ਤੁਸੀਂ ਨਾਮ ਜਪਨਾ ਹੈਗਾ ਮੈਂ ਗੁਰਬਾਣੀ ਪੜ੍ਹਨੀ ਹੈਗੀ ਸਿੱਖੀ ਸਿਧਾਂਤਾਂ ਨੂੰ ਮੰਨਣਾ ਹੈਗਾ ਮੰਨ ਰਹੇ ਹੈਗੇ ਉਹ ਪਰ ਜੇ ਤੁਸੀਂ ਅੰਮ੍ਰਿਤ ਛੱਕ ਕੇ ਖਾਲਸਾ ਸਰਦ ਕੀ ਮਰਜੀਵੜੇ ਬਣ ਕੇ ਫਿਰ ਤੁਹਾਡਾ ਵੱਖਰਾ ਪੰਥ ਬਣ ਜਾਂਦਾ ਹੈਗਾ ਇਹ ਰਿਹਾ ਹੈਗਾ ਇਤਿਹਾਸਕ ਤੌਰ ਤੇ ਆਪਾਂ ਇਸ ਚੀਜ਼ ਨੂੰ ਮਤਲਬ ਕਹਿ ਸਕਦੇ ਆ ਪਰ ਪੂਰਨ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਨਾਲ ਜਦੋਂ ਅਸੀਂ ਚੀਜ਼ ਵੇਖਦੇ ਨਾ ਫਿਰ ਉਹ ਦੋ ਹੋ ਜਾਂਦੀਆਂ ਵੀ ਇਹਦਾ ਮਤਲਬ ਹੈ ਵੀ ਜਿਹੜੇ ਲੜਨ ਵਾਲੇ ਨੇ ਉਹ ਕੋਈ ਵੀ ਮੂਵਮੈਂਟ ਚੱਲਦੀ ਆ ਕੋਈ ਵੀ ਸੰਘਰਸ਼ ਚੱਲਦਾ ਉਹਦੇ ਚ ਵੈਸੇ ਮੈਂ ਕਹਿਣਾ ਹੁੰਦਾ ਕਿ ਤਿੰਨ ਤਰੀਕੇ ਨਾਲ ਲੋਕ ਕੰਟਰੀਬਿਊਸ਼ਨ ਕਰਦੇ ਆ ਯੋਗਦਾਨ ਪਾਉਂਦੇ ਆ ਜੀ ਉਹਦੇ ਵਿੱਚ ਇੱਕ ਫਿਜ਼ੀਕਲ ਤੌਰ ਤੇ ਲੜਨ ਵਾਲੇ ਹੁੰਦੇ ਹਾਂ ਜੀ ਹਾਂ ਜੀ ਉਹਦੇ ਤੋਂ ਬਾਅਦ ਦੂਸਰੇ ਜਿਹੜੇ ਫਿਜ਼ੀਕਲ ਤੌਰ ਤੇ ਨਹੀਂ ਉਹਦਾ ਹਿੱਸਾ ਬਣ ਸਕਦੇ ਜਾਂ ਉਹਦੇ ਵਿੱਚ ਨਹੀਂ ਕੁੱਦ ਸਕਦੇ ਉਹ ਲੋਕਾਂ ਕੋਲੇ ਮਾਲਕ ਨੇ ਧਨ ਦਿੱਤਾ ਹੈ ਹਾਂ ਹਾਂ ਉਹਨਾਂ ਕੋਲੇ ਕੋਈ ਸੂਲਤਾਂ ਉਹ ਉਹਦੇ ਨਾਲ ਉਸ ਸੰਘਰਸ਼ ਦੀ ਸਹਿਯਤਾ ਕਰਦੇ ਉਹਨਾਂ ਨੂੰ ਉਸ ਰੂਪ ਦੇ ਵਿੱਚ ਕਰਦੇ ਉਹਦੇ ਤੋਂ ਬਾਅਦ ਤੀਸਰੇ ਆ ਜਾਂਦੇ ਨੇ ਜਿਹੜੇ ਤਨ ਵੀ ਦੇਣ ਜੋਗੇ ਨਹੀਂ ਤਨ ਕਰਕੇ ਵੀ ਲੜਨ ਜੋਗੇ ਨਹੀਂ ਤੀਸਰੇ ਉਹ ਨੇ ਫਿਰ ਜਿਹੜੇ ਮਾਲਕ ਦੇ ਅੱਗੇ ਅਰਜ਼ੋਈਆਂ ਕਰਦੇ ਉਹਦੀ ਸਫਲਤਾ ਵਾਸਤੇ ਉਹ ਸਾਡੇ ਅਰਦਾਸ 'ਚ ਸ਼ਬਦ ਹੈ ਜਹਾਂ-ਜਹਾਂ ਖਾਲਸਾ ਜੀ ਸਾਹਿਬ ਤਹਾਂ-ਤਹਾਂ ਰੱਖਿਆ ਰਿਹਾ ਹੈ ਹੁਣ ਇਹ ਸ਼ਬਦ 17ਵੀਂ ਤੋਂ 18ਵੀਂ ਸਦੀ ਦਾ ਪੂਰਾ ਇਤਿਹਾਸ ਸਮੋ ਕੇ ਬੈਠਾ ਆਪਸ ਵਿੱਚ ਵੀ ਜਿਹੜਾ ਜੰਗਲ ਚ ਰਹਿ ਰਿਹਾ ਮਹਾਰਾਜ ਉਹਦੇ ਤੇ ਵੀ ਰੱਖਿਆ ਕਰਿਓ ਜਿਹੜਾ ਕਿਤੇ ਮਾਰੂਥਲਾਂ ਚ ਉੱਥੇ ਵੀ ਰੱਖਿਆ ਕਰਿਓ ਜਿਹੜਾ ਕੋਈ ਪਹਾੜ ਦੀ ਕੰਦਰ ਚ ਬੈਠਾ ਮੈਦਾਨੇ ਜੰਗ ਜੂਝ ਰਿਹਾ ਹਰੇਕ ਦੀ ਰੱਖਿਆ ਕਰਿਓ ਜਿਹੜੇ ਵੀ ਸਿੱਖੇ ਹੋਏ ਨੇ ਲੜਨ ਵਾਲੇ ਵੀ ਉਹ ਕਿਰਤੀ ਵੀ ਸਨ ਨਾਲ ਜੀ ਪਾਈ ਸੇ ਪਾਈ ਤਾਰੂ ਸੰਸ਼ੀਦੋ ਹੈ ਹੁਣ ਆਪਾਂ ਆਖੀਏ ਤੇ ਵੇਖੋ ਉਹ ਕੋਈ ਮੈਦਾਨੇ ਜਾਂਗੀ ਥੋੜੀ ਜੂਜੇ ਸੀ ਨਹੀਂ ਕਿਤੇ ਪਰ ਉਹਨਾਂ ਨੇ ਮਦਦ ਕੀਤੀ ਹੈ ਨਾ ਜਿਹਨੇ ਮੈਦਾਨੇ ਚਾਹ ਹਾਂਜੀ ਮੁਗਲੀਆਂ ਸਲਤਨਤ ਦੇ ਲਈ ਜਿਹੜਾ ਸਿਸਟਮ ਸੀਗਾ ਉਹ ਇਹ ਸੀ ਕਿ ਉਹ ਵੇਖਦੇ ਸੀ ਵੀ ਇਸ ਸਿਧਾਂਤ ਤੇ ਚੱਲਣ ਵਾਲਾ ਹੂੰ ਉਹਨੇ ਕਿਰਪਾਨ ਰੱਖੀ ਆ ਕਿ ਨਹੀਂ ਰੱਖੀ ਉਹਦੇ ਵਿੱਚ ਥੋੜਾ ਜਿਹਾ ਤੁਸੀਂ ਲੇਟੈਸਟ ਕਰਨਾ ਹੈ ਤੇ 84 ਨੂੰ ਰੱਖ ਲਓ ਜੀ ਜੋ ਆਉਣ ਵਾਲੇ ਮਤਲਬ ਜਦ ਤੁਸੀਂ ਨਵੰਬਰ ਦੀ ਗੱਲ ਕਰੋਗੇ ਤਾਂ ਉੱਥੇ ਚਾਹੇ ਕੋ ਸਰਕਾਰੀ ਮਤਲਬ ਇੱਥੋਂ ਤੱਕ ਦੇਸ਼ ਦਾ ਰਾਸ਼ਟਰਪਤੀ ਵੀ ਨਹੀਂ ਬਖਸ਼ਿਆ ਗਿਆ ਮਤਲਬ ਉੱਥੇ ਚੀਜ਼ਾਂ ਨਹੀਂ ਰਹਿ ਜਾਂਦੀਆਂ ਤਾਂ ਫਿਰ ਤਾਂ ਬਰਾਬਰੀ ਬਰਾਬਰੀ ਹੋ ਜਾਂਦਾ ਸਾਨੂੰ ਅੱਜ ਵੀ ਸ਼ਾਇਦ ਇਸ ਤਰ੍ਹਾਂ ਨਾ ਕਿਤੇ ਲੱਗਦਾ ਹੈ ਬਈ ਜਿਹੜੇ ਭਾਈ ਬਾਣੇ ਚ ਰਹਿੰਦੇ ਆ ਜਾਂ ਇਹਨਾਂ ਪ੍ਰਤੀ ਨਹੀਂ ਉਹ ਜਦੋਂ ਸਿਸਟਮ ਵੇਖਦੇ ਆ ਕਿ ਗੁਰੂ ਘਰ ਜਾਣ ਵਾਲਾ ਮੰਨਣ ਵਾਲਾ ਜਾਂ ਉਸ ਮਾਰਗ ਤੇ ਇਹਦੇ ਨਾਮ ਨਾਲ ਸਿੰਘ ਲੱਗਦਾ ਕੌਰ ਲੱਗਦਾ ਪਰ ਉਹਦੇ ਵਿੱਚ ਮੈਨੂੰ ਇਹ ਵੀ ਇੱਕ ਜੇ ਵੈਸੇ ਵਿਚਾਰ ਆ ਰਿਹਾ ਹੈਗਾ ਕਿ ਉਹ ਡਰਦੇ ਵੀ ਇਸ ਚੀਜ਼ ਤੇ ਹੈਗੇ ਨੇ ਮਤਲਬ ਜਿਹੜੇ ਤੇ ਲੜਨ ਵਾਲੇ ਹੈਗੇ ਹਨਾ ਹਾਂਜੀ ਉਹਨਾਂ ਤਾਂ ਠੀਕ ਹੈ ਤੁਸੀਂ ਮਤਲਬ ਕਹਿ ਕੇ ਮਾਰ ਦਿੱਤਾ ਹੈਗਾ ਕਿ ਇਹਨਾਂ ਦੇ ਹਥਿਆਰ ਚ ਕੀ ਸੀ ਜੀ ਇਸਟੈਬਲਿਸ਼ਮੈਂਟ ਦੇ ਇਸ ਪੁਰਾਣੀ ਸਮੇਂ ਦੀ ਗੱਲ ਕਰ ਰੋ ਭਾਵੇਂ ਅੱਜ ਦੋਨੇ ਕ ਸਮੇਂ ਦੀ ਗੱਲ ਕਰ ਲਓ ਹਨ ਉਹਨਾਂ ਨੂੰ ਮਾਰਨਾ ਸੌਖਾ ਹੁੰਦਾ ਵੀ ਇਹਨਾਂ ਨੇ ਦੇਖੋ ਜੀ ਗੈਰਕਾਨੂੰਨੀ ਕੰਮ ਕੀਤਾ ਇਹ ਸਰਕਾਰ ਨੂੰ ਲੰਕਾਰਦੇ ਹੀ ਇਸ ਕਰਕੇ ਆਤਿਵਾਦੀ ਫਲਾਣਾ ਸੀ ਤੇ ਇਸ ਕਰਕੇ ਬਗਾਵਤੀ ਸੀ ਜਾਂ ਬਗੀ ਸੀ ਉਹਨਾਂ ਨੂੰ ਆਪਾਂ ਮਾਰ ਦਿੱਤਾ ਹੈਗਾ ਪਰ ਜਿਨ੍ਹਾਂ ਨੇ ਨਹੀਂ ਹਥਿਆਰ ਚੱਕੇ ਉਹਨਾਂ ਨੂੰ ਇਹ ਡਰਨ ਲੱਗਿਆ ਰਹਿੰਦਾ ਹੈਗਾ ਕਿ ਜਦੋਂ ਇਹ ਅਗਲੀ ਕਤਾਰ ਖਤਮ ਹੋ ਗਈ ਹੈ ਹਥਿਆਰਾਂ ਵਾਲੇ ਜਿਨ੍ਹਾਂ ਨੇ ਚੱਕੇ ਹੈਗੇ ਨੇ ਠੀਕ ਹੈ ਤੇ ਇਹਨਾਂ ਦੀ ਜਗ੍ਹਾ ਕਿੰਨਾ ਨੇ ਲੈਣੀ ਹੈ ਜਿਨ੍ਹਾਂ ਨੇ ਅਜੇ ਤੱਕ ਨਹੀਂ ਚੱਕੇ ਹੋਏ ਉਹਨਾਂ ਨੇ ਚੱਕ ਲੈਣੇ ਹੈਗੇ ਆ ਬਿਲਕੁਲ ਜੀ ਉਹ ਇਸ ਤੇ ਫਿਰ ਉਹਨਾਂ ਨੂੰ ਡਰਦੇ ਫੇ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਟਰੀਟ ਕਰਕੇ ਸਾਰਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਹੀ ਹੁੰਦਾ ਜੀ ਇਸੇ ਕਰਕੇ ਅਸੀਂ ਜਿਹੜਾ ਨਾ ਜਿਹੜਾ ਸਾਡਾ ਮੂਲ ਸਵਾਲ ਸੀਗਾ ਵੀ ਸਿੱਖ ਤੇ ਖਾਲਸਾ ਜਿਹੜਾ ਆ ਉਹ ਇਸੇ ਚੀਜ਼ ਨੂੰ ਅਸੀਂ ਕਹਿੰਦੇ ਆ ਕਿ ਸਿੱਖ ਵੀ ਇੱਕ ਪੰਥ ਤੇ ਤੁਰਨ ਵਾਲਾ ਜੋ ਗੁਰੂ ਨਾਨਕ ਸਾਹਿਬ ਨੇ ਮਾਰਗ ਦਰਸਾਇਆ ਜੀ ਤੇ ਖਾਲਸਾ ਉਹਦੇ ਵਿੱਚ ਮਹਾਰਾਜੀ ਨੇ ਸ਼ਸਤਰ ਧਾਰੀ ਜਿਹੜਾ ਹੈ ਜਦ ਕੇ ਤੁਸੀਂ ਸ਼ਸਤਰ ਦੀ ਗੱਲ ਕਹੋਗੇ ਤੇ ਬਾਬੇ ਨਾਨਕ ਨੇ ਸ਼ਸਤਰ ਦੀ ਗੱਲ ਕੀਤੀ ਹੈ ਜੀ ਮਹਾਰਾਜ ਜਦੋਂ ਐਮਨਾਬਾਦ ਤੇ ਹਮਲਾ ਹੁੰਦਾ ਹੈ ਹੂੰ ਹੂੰ ਤਾਂ ਮਹਾਰਾਜ ਕਹਿੰਦੇ ਵੀ ਮੁਗਲ ਪਠਾਣਾ ਭਈ ਲੜਾਈ ਹਾਂਜੀ ਰਣ ਮੈਂ ਤੇਗ ਵਗਾਈ ਉਹਨੀ ਤਪਕ ਤਾਣ ਚਲਾਈ ਉਹਨੀ ਹਸਤ ਚੜਾਈ ਜਨ ਕੀ ਚੀਰੀ ਦਰਗਾ ਪਾਟੀ ਤਨਮ ਕਹਿੰਦੇ ਇਹਨਾਂ ਤੋਂ ਬੰਦੂਕਾਂ ਨਹੀਂ ਚੱਲੀਆਂ ਹੱਥਾਂ ਚ ਹੀ ਹੋ ਗਈਆਂ ਜਦ ਕਿ ਇਹਨਾਂ ਨੂੰ ਚਾਹੀਦਾ ਸੀ ਜੇ ਜੋਧੇ ਸੀ ਤਾਂ ਸ਼ਸਤਰਾਂ ਨੂੰ ਸੰਭਾਲਣਾ ਚਾਹੀਦਾ ਕਿਉਂਕਿ ਸ਼ਸਤਰ ਦੀ ਲੋੜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮੇਂ ਦੇ ਮੁਤਾਬਕ ਉਹਨਾਂ ਨੂੰ ਜਿਉਂ ਕੋ ਜਦੋਂ ਇੱਕ ਲਕੀਰ ਖਿੱਚੀ ਗਈ ਉਹਨੂੰ ਆਪਾਂ ਲਕੀਰ ਕਹਿ ਸਕਦੇ ਕਿਉਂਕਿ ਉਦੋਂ ਜੇ ਸ਼ੁਰੂਆਤ ਸੀ ਸ਼ੁਰੂਆਤ ਦੇ ਵਿੱਚ ਇਦਰ-ਇਦਰ ਚਲਦੇ ਆ ਕਿਸੇ ਨੂੰ ਪ੍ਰਿਪੇਅਰ ਕਰਨਾ ਉਸ ਮਾਨਸਿਕਤਾ ਦੀ ਗੁਲਾਮੀ ਜਿਹੜੀ ਹੈ ਮਾਨਸਿਕ ਗੁਲਾਮੀ ਨੂੰ ਖਤਮ ਕਰਨਾ ਇਹ ਛੋਟੀ ਮੋਟੀ ਚੀਜ਼ ਨਹੀਂ ਹੈ ਉਹ ਮਹਾਰਾਜ ਜੀ ਨੇ ਕਰਕੇ ਉਹਨਾਂ ਖਾਲਸ ਕਰ ਦਿੱਤਾ ਖਾਲਸੇ ਦੇ ਵਿੱਚ ਉਹਨਾਂ ਕਿਹਾ ਸਿਪਾਈ ਹੈ ਉਹ ਸੰਤ ਤੇ ਸਿਪਾਈ ਦੋਨੇ ਜੀ ਮੀਰੀ ਤੇ ਪੀਰੀ ਰਾਜ ਤੇ ਜੋਗ ਭਗਤੀ ਤੇ ਸ਼ਕਤੀ ਇਹ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈ